ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਦੀ ਜਨਤਾ ਦੇ ਰੂਬਰੂ ਹੋਏ। ਇਸ ਸੰਬੰਧੀ ਅੱਜ ਭਾਜਪਾ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਖਾਸ ਸਮਾਗਮ ਕਰਵਾਇਆ ਗਿਆ, ਜਿੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਭਾਜਪਾ ਆਗੂ ਤਰਨ ਚੁੱਘ ਨੇ ਜਿੱਥੇ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਤਾਂ ਉੱਥੇ ਹੀ ਚੁੱਘ ਨੇ ਕਾਂਗਰਸ ਉੱਤੇ ਭਾਰਤੀ ਫੌਜ ਦਾ ਅਪਮਾਨ ਕਰਨ ਦੇ ਇਲਜ਼ਾਮ ਵੀ ਲਾ ਦਿੱਤੇ। ਪਰ ਸਾਨੂੰ ਖਾਸ ਤੌਰ 'ਤੇ ਕਾਂਗਰਸ ਨੂੰ ਸ਼ੌਰਿਆ ਦਿਵਸ ਦੇ ਉੱਤੇ ਔਰ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਪ੍ਰਤਿਮਾ ਦੇ ਉੱਤੇ ਰਾਜਨੀਤੀ ਕਰਕੇ ਆਪਣੀ ਹੋਛੀ ਤਸਵੀਰ ਜਨਤਾ ਅੱਗੇ ਪੇਸ਼ ਕੀਤੀ। ਦੇਸ਼ ਦੇ ਐਡੇ ਵੱਡੇ ਸੈਨਾਪਤੀ ਦੀ ਮੂਰਤੀ, ਪਟੇਲ ਜੀ ਦੀ ਮੂਰਤੀ ਦਾ ਤੁਲਨਾ ਚਾਈਨੀਜ਼ ਜੁੱਤੇ ਨਾਲ ਕਰਕੇ ਰਾਹੁਲ ਗਾਂਧੀ ਨੇ ਇਹ ਸਾਬਿਤ ਕਰਤਾ ਕਿ ਮੰਦ ਬੁੱਧੀ ਬਾਲਕ ਹੈ। ਸ਼ੌਰਿਆ ਦਿਵਸ 'ਤੇ ਕਿਸੇ ਵੀ ਕਾਂਗਰਸੀ ਨੇ ਆਇਆ ਨਹੀਂ, ਦੁਰਭਾਗਯਪੂਰਨ ਹੈ। ਦੇਸ਼ ਦੇ ਵੀਰ ਸੈਨਿਕ ਕਿਸੇ ਪੋਲੀਟੀਕਲ ਪਾਰਟੀ ਦੇ ਸੈਨਿਕ ਨਹੀਂ ਹੁੰਦੇ, ਉਹ ਦੇਸ਼ ਦੀ ਸੁਰੱਖਿਆ ਰੱਖਿਆ ਵਾਸਤੇ ਆਪਣਾ ਖੂਨ ਵਹਾਉਂਦੇ ਨੇ, ਉਹਨਾਂ ਦਾ ਸਨਮਾਨ ਕਰਨਾ ਚਾਹੀਦਾ। ਇਹ ਕਾਂਗਰਸ ਨੇ ਦੁਰਭਾਗਯ ਹੈ ਕਿ ਅਪਮਾਨ ਕੀਤਾ।